ਰੈਡੀ ਲੋਕਤੰਤਰ ਤੋਂ ਮਤਲਬ ਹੈ ਕਿ ਸਰਕਾਰ ਲੋਕਾਂ ਦੀ ਲੋਕਾਂ ਲਈ ਅਤੇ ਲੋਕਾਂ ਦੁਆਰਾ ਲੋਕ ਆਪਣੇ ਪ੍ਰਤੀਨਿਧ ਚੁਣ ਕੇ ਭੇਜਦੇ ਹਨ ਜੋ ਕਿ ਸ਼ਾਸਨ ਵਿੱਚ ਹਿੱਸਾ ਲੈਂਦੇ ਹਨ ਡੰਡੀ ਦੇਸ਼ ਦੇ ਵਿੱਚ ਸ਼ਾਸਨ ਨੂੰ ਚਲਾਉਣ ਲਈ ਕਾਨੂੰਨ ਬਣਾਏ ਹੁੰਦੇ ਹਨ ਡੰਡੀ ਇਨ੍ਹਾਂ ਕਾਨੂੰਨਾਂ ਦੀਆਂ ਲੀਹਾਂਤੇ ਉਸ ਦੇਸ਼ ਦਾ ਸ਼ਾਸਨ ਚੱਲਦਾ ਹੈ ਅਤੇ ਉਹਨਾਂ ਕਾਨੂੰਨਾਂ ਦੇ ਵਿਰੁੱਧ ਜਾਣ ਤੇ ਕਾਨੂੰਨੀ ਕਾਰਵਾਈ ਕੀਤੀ ਜਾਂਦੀ ਹੈ ਡੰਡੀ ਅੱਜਕੱਲ੍ਹ ਹਰ ਲੋਕਤੰਤਰ ਰਾਜ ਇਸ ਗੱਲ ਦਾ ਦਾਵਾ ਕਰਦਾ ਹੈ ਕਿ ਉਹਨਾਂ ਦੇ ਦੇਸ਼ ਵਿੱਚ ਕਾਨੂੰਨ ਦਾ ਸ਼ਾਸਨ ਹੈ ਨਾ ਕਿ ਕਿਸੇ ਨਿੱਜੀ ਬੰਦੇ ਦਾ ਹੁਕਮ ਡੰਡੀ ਇਸ ਲਈ ਸਭ ਤੋਂ ਪਹਿਲਾਂ ਕਾਨੂੰਨ ਦੇ ਸ਼ਾਸਨ ਦਾ ਮਤਲਬ ਦੇਖਦੇ ਹਾਂ ਡੰਡੀ ਕਾਨੂੰਨ ਦੇ ਸ਼ਾਸਨ ਦਾ ਅਰਥ ਹੈ ਕਿ ਦੇਸ਼ ਵਿੱਚ ਕਿਸੇ ਵੀ ਨਿੱਜੀ ਇੱਛਾ ਅਨੁਸਾਰ ਸ਼ਾਸਨ ਦਾ ਪ੍ਰਬੰਧ ਨਹੀਂ ਕੀਤਾ ਜਾਂਦਾ ਡੰਡੀ ਸਗੋਂ ਸ਼ਾਸਨ ਨਾਲ ਸੰਬੰਧਿਤ ਹਰੇਕ ਕਰਮਚਾਰੀ ਅਤੇ ਅਧਿਕਾਰੀ ਨਿਸ਼ਚਿਤ ਕਾਨੂੰਨ ਦੇ ਅਨੁਸਾਰ ਹੀ ਆਪਣੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹਨ ਡੰਡੀ ਇੰਗਲੈਂਡ ਭਾਰਤ ਆਦ ਵਿੱਚ ਕਾਨੂੰਨ ਸਰਵਸ਼੍ਰੇਸ਼ਟ ਮੰਨਿਆ ਗਿਆ ਹੈ ਉੱਥੇ ਲੋਕਤੰਤਰ ਜਾਂ ਅਨਿਜਮਤ ਸ਼ਕਤੀਆਂ ਦੀ ਵਰਤੋਂ ਦੀ ਅਣਹੋਂਦ ਹੈ ਡੰਡੀ ਲਾਤੀਨੀ ਭਾਸ਼ਾ ਅਨੁਸਾਰ ਜਨ ਕਲਿਆਣ ਸਰਬਸ਼੍ਰੇਸ਼ਟ ਕਾਨੂੰਨ ਹੈ ਦੰਡੀ ਇਸ ਦਾ ਮਤਲਬ ਹੈ ਕਿ ਜਨ ਕਲਿਆਣ ਦੇ ਉਦੇਸ਼ ਲਈ ਜਿਹੜੀ ਵੀ ਸ਼ਕਤੀ ਦੀ ਵਰਤੋਂ ਕੀਤੀ ਜਾਂਦੀ ਹੈ ਉਹ ਕਾਨੂੰਨ ਦੀ ਦ੍ਰਿਸ਼ਟੀ ਵਿੱਚ ਅਣਉਚਿਤ ਨਹੀਂ ਹੁੰਦੀ ਦੰਡੀ ਇਸ ਦਾ ਸਪਸ਼ਟ ਭਾਵ ਇਹ ਹੈ ਕਿ ਕਾਨੂੰਨ ਰੈਡੀ ਸਰਬ ਉੱਤਮ ਹੈ ਕਾਨੂੰਨ ਤੋਂ ਬਾਹਰ ਕੋਈ ਵੀ ਸ਼ਾਸਕ ਜਾਂ ਅਧਿਕਾਰੀ ਕਿਸੇ ਵੀ ਪ੍ਰਕਾਰ ਦੀਆਂ ਸ਼ਕਤੀਆਂ ਦੀ ਵਰਤੋਂ ਨਹੀਂ ਕਰ ਸਕਦਾ ਡੰਡੀ ਇਸ ਦਾ ਮਤਲਬ ਇਹ ਵੀ ਹੈ ਕਿ ਹਰੇਕ ਵਿਅਕਤੀ ਇੱਕ ਹੀ ਪ੍ਰਕਾਰ ਦੇ ਕਾਨੂੰਨ ਅਧੀਨ ਹੈ ਅਤੇ ਕਾਨੂੰਨ ਦੇ ਅਧਿਕਾਰ ਖੇਤਰ ਤੋਂ ਕਿਸੇ ਨੂੰ ਵੀ ਛੋਟ ਨਹੀਂ ਹੈ ਡੰਡੀ ਕਾਨੂੰਨ ਦਾ ਸ਼ਾਸਨ ਵਰਤਾਨਵੀ ਪ੍ਰਣਾਲੀ ਦੀ ਦੇਣ ਹੈ ਅਤੇ ਰਾਜਨੀਤੀ ਸ਼ਾਸਤਰ ਦੇ ਸਾਹਿਤ ਨੂੰ ਵਰਤਾਨਵੀ ਪ੍ਰਣਾਲੀ ਦੀ ਦੇਣ ਹੈ ਡੰਡੀ ਕਾਨੂੰਨ ਤੋਂ ਉੱਪਰ ਕੋਈ ਵੀ ਵਿਅਕਤੀ ਜਾਂ ਸੰਸਥਾ ਨਹੀਂ ਹੋ ਸਕਦੀ ਡੰਡੀ ਕਾਨੂੰਨ ਦੀ ਉਲੰਘਣਾ ਅਪਰਾਧ ਹੁੰਦਾ ਹੈ ਅਤੇ ਹਰ ਵਿਅਕਤੀ ਨੂੰ ਅਪਰਾਧ ਦੇ ਕਾਰਨ ਬਿਨਾ ਕਿਸੇ ਭੇਦਭਾਵ ਦੇ ਸਜ਼ਾ ਦਿੱਤੀ ਜਾਂਦੀ ਹੈ ਕਿ ਕਾਨੂੰਨ ਕਿਸੇ ਵਿਅਕਤੀ ਨਾਲ ਰੰਗ ਨਸਲ ਜਨਮ ਧਰਮ ਅਤੇ ਜਾਤ ਆਦ ਦੇ ਆਧਾਰ ਤੇ ਕੋਈ ਵਿਤਕਰਾ ਨਹੀਂ ਕਰਦਾ ਡੰਡੀ ਜਿਵੇਂ ਕਿ ਭਾਰਤ ਵਿੱਚ ਜਾਤ ਧਰਮ ਨਸਲ ਆਦ ਦੇ ਆਧਾਰ ਤੇ ਨੌਕਰੀ ਤੋਂ ਬਾਝਾ ਨਹੀਂ ਕੀਤਾ ਜਾਂਦਾ ਤੇ ਪਬਲਿਕ ਪਲੇਸ ਤੋਂ ਜਾਣੂ ਤੋਂ ਰੋਕਿਆ ਨਹੀਂ ਜਾ ਸਕਦਾ ਡੰਡੀ ਇਹ ਸਭ ਵਿਅਕਤੀਆਂ ਤੇ ਸਮਾਨ ਰੂਪ ਵਿੱਚ ਲਾਗੂ ਹੁੰਦਾ ਹੈ ਡੰਡੀ ਪ੍ਰੋਫੈਸਰ ਡਾਈਸੀ ਨੇ ਕਾਨੂੰਨ ਦੇ ਸ਼ਾਸਨ ਦੀ ਧਾਰਾ ਦੇ ਤਿੰਨ ਅਰਥ ਦੱਸੇ ਹਨ ਕਾਨੂੰਨ ਦੀ ਸਰਬਉੱਚਤਾ ਪੂਰਨ ਰੂਪ ਵਿੱਚ ਹੁੰਦੀ ਹੈ ਅਤੇ ਕਿਸੇ ਵਿਅਕਤੀ ਜਾਂ ਸੰਸਥਾ ਕੋਲ ਨਿਰਕੁਸ਼ ਸ਼ਕਤੀ ਜਾਂ ਕੋਈ ਵਿਸ਼ੇਸ਼ ਅਧਿਕਾਰੀ ਨਹੀਂ ਹੁੰਦਾ ਡੰਡੀ ਕਾਨੂੰਨ ਦੀ ਉਲੰਘਣਾ ਕਿਸੇ ਅਦਾਲਤ ਦੁਆਰਾ ਸਿੱਧ ਹੋਣੀ ਚਾਹੀਦੀ ਹੈ ਤਾਂ ਕਿ ਕਿਸੇ ਨੂੰ ਦੂਜਾ ਪੈਰਾ ਰੈਡੀ ਮਨਮਰਜ਼ੀ ਅਨੁਸਾਰ ਸਜ਼ਾ ਨਾ ਮਿਲ ਸਕੇ ਡੰਡੀ ਕਾਨੂੰਨ ਦੇ ਸਾਹਮਣੇ ਸਮਾਨਤਾ ਕਾਨੂੰਨ ਦੇ ਸ਼ਾਸਨ ਅਧੀਨ ਕਾਨੂੰਨ ਦੀ ਦ੍ਰਿਸ਼ਟੀ ਵਿੱਚ ਸਭ ਬਰਾਬਰ ਹੈ ਡੰਡੀ ਵਿਅਕਤੀਆਂ ਦੀ ਕਿਸੇ ਵੀ ਵਿਸ਼ੇਸ਼ ਸ਼੍ਰੈਣੀ ਲਈ ਕੋਈ ਵਿਸ਼ੇਸ਼ ਕਾਨੂੰਨ ਨਹੀਂ ਹੁੰਦਾ ਟੰਡੀ ਸਗੋਂ ਹਰ ਵਿਅਕਤੀ ਲਈ ਭਾਵੇਂ ਉਸ ਦਾ ਰੁਤਬਾ ਜਿੰਨਾ ਮਰਜ਼ੀ ਵੱਡਾ ਹੋਵੇ ਇੱਕ ਹੀ ਕਾਨੂੰਨ ਅਧੀਨ ਹੁੰਦਾ ਹੈ ਟੰਡੀ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਨੂੰ ਬਿਨਾਂ ਕਿਸੇ ਭੇਦਭਾਵ ਦੇ ਕਾਨੂੰਨੀ ਵਿਧੀ ਦੁਆਰਾ ਦੱਬ ਦਿੱਤਾ ਜਾਂਦਾ ਹੈ ਡੰਡੀ ਸਾਧਾਰਨ ਅਦਾਲਤਾਂ ਦੁਆਰਾ ਲਾਗੂ ਕੀਤੇ ਜਾਂਦੇ ਕੇਸ ਦੇ ਸਾਧਾਰਨ ਕਾਨੂੰਨਾਪ੍ਰਤੀ ਸਾਰੀਆਂ ਸ਼੍ਰੇਣੀਆਂ ਦੀ ਸਮਾਨ ਅਧੀਨਤਾ ਇਸ ਦਾ ਦੂਜਾ ਅਰਥ ਹੈ ਡੰਡੀ ਸਾਡੇ ਦੇਸ਼ ਵਿੱਚ ਨਾ ਕੇਵਲ ਕੋਈ ਵਿਅਕਤੀ ਭਾਵੇਂ ਉਸ ਦਾ ਰੁਤਬਾ ਕਿੰਨਾ ਉੱਪਰ ਹੈ ਸਗੋਂ ਇੱਥੇ ਹਰੇਕ ਵਿਅਕਤੀ ਭਾਵੇਂ ਉਸ ਦਾ ਰੁਤਬਾ ਸਥਿਤੀ ਕੁਝ ਵੀ ਹੋਵੇ ਦੇਸ਼ ਦੇ ਸਾਧਾਰਨ ਕਾਨੂੰਨ ਅਧੀਨ ਹੈ ਅਤੇ ਸਾਧਾਰਨ ਅਦਾਲਤਾਂ ਦੇ ਅਧਿਕਾਰ ਖੇਤਰ ਦੇ ਅਧੀਨ ਆਉਂਦਾ ਹੈ ਡੰਡੀ ਨਾਗਰਿਕਾਂ ਦੇ ਅਧਿਕਾਰ ਅਦਾਲਤਾਂ ਦੇ ਨਿਰਣਿਆਂ ਦੀ ਦੇਣ ਇਹ ਕਾਨੂੰਨ ਦੇ ਸ਼ਾਸਨ ਦਾ ਤੀਜਾ ਰੂਪ ਦਰਸਾਇਆ ਗਿਆ ਜਿਹੜਾ ਕਿ ਇੰਗਲੈਂਡ ਤੇ ਵਿਸ਼ੇਸ਼ ਰੂਪ ਵਿੱਚ ਲਾਗੂ ਹੁੰਦਾ ਹੈ ਡੰਡੀ ਇਸ ਦਾ ਅਰਥ ਹੈ ਕਿ ਨਾਗਰਿਕਾਂ ਦੇ ਅਧਿਕਾਰ ਇਸ ਸੰਵਿਧਾਨ ਦੀ ਉਪਜ ਨਹੀਂ ਸਗੋਂ ਇਹ ਅਨੇਕਾਂ ਅਦਾਲਤੀ ਨਿਰਣਾ ਦੁਆਰਾ ਪ੍ਰਾਪਤ ਹੋਏ ਹਨ ਅਤੇ ਇਸ ਦਾ ਦੂਜਾ ਮਤਲਬ ਹੈ ਕਿ ਜਿਸ ਦੇਸ਼ ਵਿੱਚ ਕਾਨੂੰਨ ਦਾ ਸ਼ਾਸਨ ਹੋਵੇਗਾ ਉੱਥੇ ਵਿਅਕਤੀਆਂ ਦੇ ਅਧਿਕਾਰ ਪੂਰਨ ਰੂਪ ਵਿੱਚ ਨ્યાਇਕ ਰੈਡੀ ਅਦਾਲਤਾਂ ਦੁਆਰਾ ਸੁਰੱਖਿਤ ਕੀਤੇ ਗਏ ਹਨ ਦੰਦੀ ਉਪਰੋਕਤ ਤੋਂ ਅਸੀਂ ਇਹ कह सकदे हां कि कानून दी सर्वोच्चता प्रमुखता ਅਤੇ ਸਰਕਾਰ ਦੀਆਂ ਸ਼ਕਤੀਆਂ ਦੀ ਵਰਤੋਂ ਕਾਨੂੰਨ ਦੁਆਰਾ ਨਿਜਮਤ ਹੋਵੇਗੀ ਅਤੇ ਪਰ ਜਾ ਸ਼ਾਸਕਾਂ ਦੀਆਂ ਮਨਮਾਨੀਆਂ ਦੀ ਸ਼ਿਕਾਰ ਨਹੀਂ ਹੋਵੇਗੀ ਡੰਡੀ ਕਾਨੂੰਨ ਦੇ ਸ਼ਾਸਨ ਦੀ ਧਾਰਨਾ ਦਾ ਸਿਧਾਂਤਕ ਪੱਖ ਸੰਬੰਧਿਤ ਹੈ ਡੰਡੀ ਨਿਰਸੰਦੇਹ ਕਿਹਾ ਜਾ ਸਕਦਾ ਹੈ ਕਿ ਇਹ ਆਦਰਸ਼ ਧਾਰਨਾ ਹੈ ਅਤੇ ਕੋਈ ਵੀ ਵਿਅਕਤੀ ਇਸ ਦੀ ਮਹਾਨਤਾ ਨੂੰ ਸਵੀਕਾਰ ਕਰਨ ਤੋਂ ਇਨਕਾਰ ਨਹੀਂ ਕਰ ਸਕਦਾ ਡੰਡੀ ਲੋਕਤੰਤਰ ਦੇ ਆਗਮਨ ਅਤੇ ਲੋਕਤੰਤਰੀ ਸੰਸਥਾਵਾਂ ਦੀ ਸਥਾਪਨਾ ਦੇ ਨਰਕੁਸ਼ ਰਾਜਤੰਤਰ ਦੀ ਥਾਂ ਲੋਕਾਂ ਨੂੰ ਕਾਨੂੰਨ ਦੇ शासन ਦਾ ਮਹੱਤਮ ਪੂਰਨ ਵਿਚਾਰ ਦਿੱਤਾ ਡੰਡੀ ਆਮ ਕਰਕੇ ਲੋਕਤੰਤਰ ਦੇਸ਼ ਕਾਨੂੰਨ ਦੇ ਸ਼ਾਸਨ ਦੀ ਮੌਜੂਦਗੀ ਦੱਸਦੇ ਹਨ ਪਰ ਅਜਿਹਾ ਕਹਿਣਾ ਵਿਵਹਾਰਕ ਰੂਪ ਵਿੱਚ ਸੰਭਵ ਨਹੀਂ ਹੈ ਡੰਡੀ ਇਸ ਦਾ ਮੁੱਖ ਕਾਰਨ ਹੈ ਕਿ ਕਾਨੂੰਨ ਦੇ ਸ਼ਾਸਨ ਦੀ ਧਾਰਨਾ ਸਰਬ ਉੱਤਮ ਅਤੇ ਸਰਬਪ੍ਰਿਆ ਹੋਣ ਦੇ باوجود ਵੀ ਇੱਕ ਅਸਲੀ ਰੂਪ ਦੇਣਾ ਸੰਭਵ ਨਹੀਂ ਹੈ ਡੰਡੀ ਇੰਗਲੈਂਡ ਕਾਨੂੰਨ ਦੇ ਸ਼ਾਸਨ ਦੀ ਧਾਰਨਾ ਨੂੰ ਜਨਮ ਦੇਣ ਵਾਲਾ ਦੇਸ਼ ਹੈ ਪਰ ਉਹ ਦੇਸ਼ ਵੀ ਇਸ ਸ਼ਾਸਨ ਦੀਆਂ ਉਪਰੋਕਤ ਵਰਣਨ ਵਿਸ਼ੇਸ਼ਤਾਵਾਂ ਦੀਆਂ ਵਿਵਹਾਰਕ ਹੱਦਾਂ ਦਾ ਦਾਵਾ ਨਹੀਂ ਕਰ ਸਕਦਾ ਡੰਡੀ ਏ ਦਾ ਮੁੱਖ ਕਾਰਨ ਇਹ ਹੈ ਕਿ ਆਧੁਨਿਕ ਯੁੱਗ ਵਿੱਚ ਪ੍ਰਸ਼ਾਸਨ ਨੂੰ ਚਲਾਉਣ ਲਈ ਕੁਝ ਅਜਹੀਆਂ ਵਿਵਸਥਾਵਾਂ ਕਰਨੀਆਂ ਪੈਂਦੀਆਂ ਹਨ ਜੋ ਕਾਨੂੰਨ ਦੇ ਸ਼ਾਸਨ ਦੀ ਧਾਰਨਾ ਦੇ ਅਨੁਕੂਲ